ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਂਗੇ, ਚੜ੍ਹਦੀ ਕਲਾ ਵਿੱਚ ਹੋਵੋਂਗੇ। ਟਾਈਮ ਕਾਫੀ ਹੋ ਗਿਆ, 6:30 ਹੋ ਗਏ ਨੇ ਸ਼ਾਮ ਦੇ, ਅਤੇ ਅਸੀਂ ਹੁਣੇ ਬਾਜ਼ਾਰ ਤੋਂ ਆ ਕੇ ਬੈਠੇ ਹਾਂ। ਬਾਹਰ ਹਲਕਾ ਹਲਕਾ ਹਨੇਰਾ ਹੋ ਗਿਆ, ਜਦੋਂ ਅਸੀਂ ਗਏ ਸੀ ਨਾ ਉਦੋਂ ਧੁੱਪ ਸੀ ਅਤੇ ਮੌਸਮ ਵੀ ਠੀਕ ਸੀ। ਮੈਂ ਜੈਕਟ ਪਾ ਕੇ ਲੈ ਗਈ ਅਤੇ ਇੰਨੀ ਠੰਡ, ਹੁਣ ਬਾਹਾਂ ਠਰ ਗਈਆਂ, ਹੱਥ ਬਿਲਕੁਲ ਠੰਡੇ ਹੋ ਗਏ। ਸਾਨੂੰ 2-2.5 ਘੰਟੇ ਬਾਜ਼ਾਰ ਦੇ ਵਿੱਚ ਲੱਗ ਗਏ, ਅਤੇ ਜਦ ਆਪਾਂ ਮੱਛਰ ਹੈਗਾ ਇੱਥੇ, ਜਦ ਆਪਾਂ ਹੈ ਨਾ ਥੋੜ੍ਹਾ ਮੋਟਾ ਕਈ ਜਗ੍ਹਾ 'ਤੇ ਖੜ੍ਹਨਾ ਹੁੰਦਾ, ਬਸ ਉਦੋਂ ਟਾਈਮ ਲੱਗ ਜਾਂਦਾ। ਅਤੇ ਅੱਜ ਮੈਂ ਕੁਛ ਚੀਜ਼ ਦਿਖਾਵਾਂ ਤੁਹਾਨੂੰ, ਕੱਪੜੇ ਲੈ ਕੇ ਆਈ ਹਾਂ। ਇਹ ਕਿਸੇ ਭੈਣ ਨੇ ਮੰਗਵਾਏ ਨੇ, ਇੱਕ ਚੀਜ਼ ਮੈਂ ਆਪਣੇ ਲਈ ਵੀ ਲੈ ਆਈ, ਆਪਣੇ ਵਾਲੀ ਮੈਂ ਤੁਹਾਨੂੰ ਐਂਡ 'ਤੇ ਦਿਖਾਊਂਗੀ। ਇਹ ਦੇਖੋ, ਇਹ ਵਾਲੀ ਕੋਟੀ ਕਸਟਮਰ ਨੇ ਮੰਗਵਾਈ ਸੀ ਕਿਸੇ ਨੇ, ਵੀ ਮੇਰੀ ਮੰਮੀ ਵਾਸਤੇ ਕੋਟੀ ਲਿਆਇਓ, ਬਹੁਤ ਪਿਆਰਾ ਕਲਰ ਲੱਗਿਆ ਮੈਨੂੰ, ਕੱਪੜਾ ਵੀ ਸਟੱਫ ਵੀ ਬਹੁਤ ਵਧੀਆ ਹੈਗਾ, ਸਟੱਫ ਬਹੁਤ ਸੋਹਣਾ, ਕਲਰ ਬਹੁਤ ਪਿਆਰਾ। ਥੱਲੇ ਇੱਕ ਇਹਦਾ ਆ ਮੈਨੂੰ ਚੀਜ਼ ਬਹੁਤ ਸੋਹਣੀ ਲੱਗੀ, ਜਿਹੜਾ ਹੈ ਨਾ ਬੈਕ 'ਤੇ ਅਤੇ ਇਸ ਤਰ੍ਹਾਂ ਫਰੰਟ 'ਤੇ ਬਾਰਡਰ ਬਣਿਆ ਹੋਇਆ, ਸੇਮ ਬਾਰਡਰ ਆ ਬਾਂਹ 'ਤੇ ਬਣਿਆ ਹੋਇਆ, ਬਹੁਤ ਸੋਹਣਾ ਲੱਗਦਾ। ਅਤੇ ਜਿੱਥੇ ਬਟਨ ਨੇ ਉੱਥੇ ਵੀ ਬਾਰਡਰ ਹੈ, ਅਤੇ ਇੱਥੋਂ ਇਹਦੇ ਨਾਲ ਨਾ ਹੈ ਨਾ ਜਦੋਂ ਬਾਰਡਰ ਬਣਿਆ ਹੁੰਦਾ ਕੋਟੀ 'ਤੇ ਸਾਰੀ ਇੱਕੋ ਜਿਹੀ ਨਹੀਂ ਹੁੰਦੀ, ਉਹਦੇ ਨਾਲ ਜਿਹੜੀ ਲੁੱਕ ਆ ਸੋਹਣੀ ਆਉਂਦੀ ਹੈ। ਫਿਰ ਇਹ ਵਾਲੀ ਕੋਟੀ ਲਿਆਂਦੀ ਆ, ਬਹੁਤ ਸੋਹਣੀ ਲੱਗੀ ਮੈਨੂੰ, ਇਹ ਵਧੀਆ ਵਾਲੀ ਹੈ ਜੀ। ਅਤੇ ਇਹ ਵੀ ਕਿਸੇ ਕਸਟਮਰ ਨੇ ਮੰਗਵਾਈ ਆ, ਅਤੇ ਇੱਕ ਇਹ ਕੁੜਤੇ ਲਿਆਂਦੇ ਨੇ, ਕੁਰਤੀ ਦੀਦੀ ਨੂੰ ਪਸੰਦ ਆ ਜਾਂਦਾ, ਠੀਕ ਹੈ, ਅਤੇ ਮੈਨੂੰ ਤਾਂ ਬਹੁਤ ਪਸੰਦ ਆਏ ਨੇ, ਮੈਂ ਤਾਂ ਇੰਨਾ ਢੇਰ ਲਵਾ ਕੇ ਫਿਰ ਉਹਦੇ ਵਿੱਚੋਂ ਵਿੱਚੋਂ ਕੱਢੇ ਨੇ, ਵੀ ਵਧੀਆ ਅਲੱਗ ਅਲੱਗ ਦੇ ਹੋਣ। 3 ਉਹਨਾਂ ਨੇ ਇਸ ਤਰ੍ਹਾਂ ਕੁਰਤੀਆਂ ਮੰਗਵਾਈਆਂ ਸੀ, ਸਮੋਲ ਸਾਈਜ਼ ਦੀਆਂ, ਪਤਾ ਨਹੀਂ ਮੀਡੀਅਮ, ਪਤਾ ਨਹੀਂ ਸਮੋਲ, ਮੇਰੇ ਧਿਆਨ ਨਹੀਂ। ਉਹ ਮੈਂ ਵਟਸਐਪ 'ਤੇ ਦੇਖ ਕੇ ਉਹਨਾਂ ਨੂੰ ਕਹਿਤਾ ਸਮੋਲ ਸਾਈਜ਼ ਹੈ ਸ਼ਾਇਦ। ਇਹਦੇ ਸੈਂਟਰ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ, ਇਸ ਤਰ੍ਹਾਂ ਦਾ ਇਹ ਕੁਰਤੇ ਕਹੋਗੇ, ਕੁਰਤੀ ਕਹੋਗੇ, ਕੀ ਕਹੋਗੇ, ਅੱਧੇ ਲੋਕ ਇਹਨੂੰ ਕੁਰਤੀ ਬੋਲਦੇ ਨੇ, ਅੱਧੇ ਲੋਕ ਇਹਨੂੰ ਕੁਰਤਾ ਬੋਲਦੇ ਨੇ, ਇਸ ਤਰ੍ਹਾਂ ਦਾ ਵਰਕ ਕਰਿਆ ਹੋਇਆ। ਇਹ ਵੀ ਜਿਹੜੀ ਚੀਜ਼ ਹੈ ਕਾਫੀ ਜ਼ਿਆਦਾ ਸੋਹਣੀ ਲੱਗੀ, ਕਲੀਆਂ ਵਾਲਾ ਡਿਜ਼ਾਇਨ ਹੈ, ਕੁਛ ਵਰਕ ਹੈਗਾ, ਕੁਛ ਇਹਦੇ ਵਿੱਚ ਉਹ ਹੈਗਾ ਕੀ ਪਿਆ ਬੋਲਦੇ ਉਹਨੂੰ, ਬਲੌਕ ਪੇਂਟ ਕੀਤਾ ਹੋਇਆ। ਪਹਿਲਾ ਕੁਰਤਾ ਇਹ ਵਾਲਾ ਜੀ, ਸੂਟ ਕੁਰਤੇ ਕਾਫੀ ਕੋਸਟਲੀ ਹੈ, ਇੱਕ ਕੁਰਤਾ ਇਹ ਵਾਲਾ, ਇੰਗਲੈਂਡ ਜਾਣੀ ਨੇ ਇਹ ਦੀਦੀ ਨੇ ਮੰਗਵਾਈ ਨੇ। ਦੇਖੋ ਬਹੁਤ ਸੋਹਣੇ ਲੱਗੇ, ਬਾਕੀ ਮਨਵੀਰ ਦੱਸੂਗੀ ਕਿਵੇਂ ਨੇ। ਮਨਵੀਰ ਰੋਟੀ ਬਣਾ ਰਹੀ, ਬਹੁਤ ਮਾਰੀ, ਮੰਮਾ ਰੋਟੀ ਖਾ ਲਓ, ਤੁਹਾਨੂੰ ਪਾਲਾ ਉਤਰ ਜੂਗਾ, ਗਰਮ ਗਰਮ ਰੋਟੀ ਖਾ ਕੇ ਜਾਂਦੇ ਹਾਂਗੇ। ਸਾਈਜ਼ ਸਮੋਲ ਸਾਈਜ਼ ਦੇ ਨੇ ਇਹ, ਸੋਹਣੇ ਨਹੀਂ ਲੱਗੇ, ਮੈਂ ਤਾਂ ਜੇ ਆਪਦੇ ਜਾਣੇ ਸੋਹਣੇ ਕਰਕੇ ਲਿਆਈਆਂ ਹੈ ਨਾ, ਕਸਟਮਰ ਨੂੰ ਪਸੰਦ ਆ ਜਾਣ। ਮੇਨ ਗੱਲ ਸਟੱਫ ਵੀ ਦੇਖੀਦਾ ਹੁੰਦਾ ਹੈ ਨਾ, ਸਟੱਫ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ, ਕੁਰਤਿਆਂ ਦਾ, ਥੋੜ੍ਹੀ ਜਿਹੀ ਆਪਾਂ ਸ਼ੋਪਿੰਗ ਕਰੀ ਹੈ। ਤੀਜਾ ਕੁੜਤਾ ਇਹ ਵਾਲਾ ਜੀ, ਇਹ ਬੈਲਵਟ ਦੇ ਵਿੱਚ ਹੈ, ਇਹਦੇ ਵਿੱਚ ਥੋੜ੍ਹਾ ਜਿਹਾ ਹੈਂਡ ਦਾ ਕੰਮ ਕੀਤਾ ਹੋਇਆ, ਜਿਸ ਤਰ੍ਹਾਂ ਨੈਕ 'ਤੇ ਆ ਗਿਆ ਹੈਂਡ ਦਾ ਕੰਮ, ਅਤੇ ਇਹ ਕਮਰ ਦੇ ਉੱਪਰ ਵੀ ਹੈਂਡ ਦਾ ਕੰਮ ਆ ਗਿਆ ਇਸ ਤਰ੍ਹਾਂ, ਵਿਚਾਲੇ ਇਹ ਕੱਟ ਵਾਲਾ ਪਾਇਆ ਹੋਇਆ। ਮਨਵੀਰ ਕੋਲ ਵੀ ਇਸ ਤਰ੍ਹਾਂ ਦੀ ਫਰੋਕ ਹੈਗੀ ਆ ਬੈਲਵਟ ਦੀ, ਉਹਦੀ ਵੀ ਕੱਟ ਪਾਇਆ ਹੋਇਆ, ਬਟ ਉਹਦੇ ਕੋਈ ਵਰਕ ਨਹੀਂ ਕਰਿਆ ਹੋਇਆ, ਇਸ ਤਰ੍ਹਾਂ ਹੀ ਸੇਮ ਕਲੀਆਂ ਵਾਲੀ ਫਰੋਕ ਬਣਾ ਕੇ ਇਸ ਤਰ੍ਹਾਂ ਕੱਟ ਪਾਇਆ, ਕਾਫੀ ਸੋਹਣੀ ਲੱਗਦੀ ਹੈ। ਅਤੇ ਮਨਵੀਰ ਕੋਲ ਬਲੂ ਫਰੋਕ ਹੈ ਬੈਲਵਟ ਦੀ, ਅਤੇ ਉਹਦੇ ਨਾਲ ਨਾ ਉਹਨੇ ਉਹ ਪਾਉਂਦੀ ਹੁੰਦੀ ਆ, ਉਹ ਪੈਂਟ ਪਾਉਂਦੀ ਹੈ ਬਰੋਕਟ ਦੀ, ਬਹੁਤ ਜ਼ਿਆਦਾ ਸੋਹਣੀ ਲੱਗਦੀ ਆ, ਨਾਲ ਰਹਿੰਦੀ ਹੈ ਯੈਲੋ ਕਲਰ ਦਾ ਦੁਪੱਟਾ, ਇੱਥੇ ਮੈਂ ਫੋਟੋ ਲਾ ਦੂੰਗੀ ਤੁਹਾਨੂੰ। ਅਤੇ ਹੈ ਨਾ ਥੋੜ੍ਹਾ ਜਿਹਾ ਕਈ ਕਸਟਮਰ ਕਹਿੰਦੇ ਨਹੀਂ ਜੀ ਵਰਕ ਨਹੀਂ ਪਾਉਣਾ, ਜਾਂ ਸਾਡੇ ਬੱਚੇ ਨਹੀਂ ਵਰਕ ਲਾਈਕ ਕਰਦੇ, ਤਾਂ ਇਸ ਤੋਂ ਇਲਾਵਾ ਆਪਾਂ ਇਸ ਤਰ੍ਹਾਂ ਦੀ ਚੀਜ਼ ਵੀ ਪਹਿਨ ਸਕਦੇ ਹਾਂ, ਠੀਕ ਹੈ। ਜੇ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦੇ ਲੱਗੇ, ਹੈਂਡ ਦਾ ਕੰਮ ਹੈ ਇਹਦੇ ਉੱਪਰ ਸਾਰਾ।
ਤੇ ਹੁਣ ਮੈਂ ਆਪਣੇ ਲਈ ਦਿਖਾਉਂਦੀ ਹਾਂ ਤੁਹਾਨੂੰ। ਇੱਕ ਮੈਂ ਆਪਣੇ ਲਈ ਜੈਕਟ ਲੈ ਲਈ, ਮੌਸਮ ਦੁਬਾਰਾ ਠੰਡਾ ਹੋ ਗਿਆ, ਮੇਰੇ ਕੋਲ ਜੈਕਟ ਕੋਈ ਹੈ ਨਹੀਂ ਸੀ ਵਧੀਆ, ਮਤਲਬ ਕਿ ਜਿਹੜੀਆਂ ਹੈਗੀਆਂ ਨਾ ਉਹ ਮੈਂ ਘਰੇ ਘਰ ਪਾ ਲੈਂਦੀ ਹੁੰਦੀ ਹਾਂ, ਹੈ ਨਾ। ਇੱਕ ਪਤਾ ਕੀ ਪ੍ਰੋਬਲਮ ਹੈ ਮੈਨੂੰ ਸੁਣ, ਮੈਂ ਸਭ ਤੋਂ ਦੱਸਦੀ ਹਾਂ ਵੀ ਜਿਵੇਂ ਜ਼ਿਆਦਾ ਠੰਡ ਹੋ ਗਈ ਮੈਨੂੰ ਰਾਤ ਨੂੰ ਨਾ, ਜਿਵੇਂ ਕੋਟੀ ਜਾਂ ਜੈਕਟ ਨਹੀਂ ਪਾ ਕੇ ਪੈਂਦੀ, ਜਿਵੇਂ ਜ਼ਿਆਦਾ ਠੰਡ ਹੈ ਮੈਂ ਕੋਟੀ ਪਾ ਕੇ ਪਾਉ, ਮੇਰੇ ਬਾਹਾਂ 'ਚ ਦਰਦ ਹੋਣ ਲੱਗ ਜਾਂਦਾ, ਜਿਵੇਂ ਜ਼ਿਆਦਾ ਮੈਂ ਏਸੀ ਦੇ ਅੱਗੇ ਪਈਆਂ ਫਿਰ ਵੀ ਹੈ ਨਾ ਪਾਸਿਆਂ 'ਚ ਦਰਦ ਹੁੰਦਾ। ਇਸ ਕਰਕੇ ਮੈਂ ਰਾਤ ਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਨਿੱਘਾ ਕਰਕੇ ਰੱਖਦੀ ਹਾਂ ਵੀ ਤਾਂ ਕਿ ਮੇਰੀ ਬੋਡੀ ਨੂੰ ਜ਼ਿਆਦਾ ਠੰਡ ਨਾ ਲੱਗੇ, ਕੋਟੀ ਜਾਂ ਜੈਕਟ ਵਗੈਰਾ ਮੈਂ ਪਾ ਕੇ ਪਹਿਨੀ ਹਾਂ। ਜਦੋਂ ਆਪਾਂ ਕੋਟੀ ਜੈਕਟ ਪਾ ਕੇ ਪਹਿਨੇ ਹਾਂ ਜੀ ਰਾਤ ਨੂੰ ਤਾਂ ਬੁਰਾ ਆ ਜਾਂਦਾ, ਹੈ ਨਾ, ਕਿਉਂਕਿ ਜੀ ਇਹ ਬੂਲ ਹੈ, ਬੂਲ 'ਤੇ ਉੱਪਰ ਬੁਰ ਆਉਂਦਾ ਹੀ ਆਉਂਦਾ, ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਉੱਪਰ ਦੀ ਆਪਣੇ ਕੰਬਲ ਆ ਜਾਂਦਾ, ਉਹਦੇ ਨਾਲ ਬੂਰਜਾ ਉੱਠ ਖੜਦਾ। ਜਦੋਂ ਫਿਰ ਆਪਾਂ ਬਾਹਰ ਕਿਤੇ ਪਾਉਂਦੇ ਹਾਂ ਨਾ ਉਹ ਹੋਰੂੰ ਜੀ ਲੱਗਦੀ ਹੈ। ਇਹਦੇ ਉੱਪਰ ਇੰਨਾ ਨਹੀਂ ਆਇਆ ਕਿਉਂਕਿ ਇਹ ਮੈਂ ਘਰੇ ਘੱਟ ਪਾਈ ਹੈ, ਮਤਲਬ ਕਿ ਰਾਤ ਨੂੰ ਨਹੀਂ ਪਾ ਕੇ ਸੋਈ, ਜੇ ਮੈਂ ਰੱਖਦੀ ਹਾਂ ਹੈ ਨਾ ਫਿਰ ਉਤਾਰ ਦਿੰਦੀ ਹੈਗੀ। ਅਤੇ ਇਹ ਮੈਨੂੰ ਲਵੈਂਡਰ ਸ਼ੇਡ ਮੈਨੂੰ ਸੋਹਣਾ ਲੱਗਿਆ, ਫਿਰ ਮੈਂ ਇਹ ਜੈਕਟ ਲੈ ਲਈ। ਮਹਿੰਗੀਆਂ ਬਹੁਤ ਨੇ ਕੋਟੀਆਂ ਜੈਕਟਾਂ, ਪਰ ਸੋਹਣੀ ਹੈਗੀ। ਜਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਫਿਰ ਮੁੱਲ ਉਸ ਤਰ੍ਹਾਂ ਦਾ ਹੁੰਦਾ, ਹੈ ਨਾ। ਕਾਫੀ ਜ਼ਿਆਦਾ ਸੋਹਣੀ ਹੈ, 1725 ਇਹਦੇ ਉੱਪਰ ਰੇਟ ਹੈ, ਥੋੜ੍ਹਾ ਮੋਟਾ ਦਿੱਤੇ ਆਪਾਂ ਨੂੰ ਡਿਸਕਾਊਂਟ ਦਿੱਤਾ, ਬਸ ਦੇਖ ਲਓ ਤੁਸੀਂ, ਕਾਫੀ ਜ਼ਿਆਦਾ ਮਹਿੰਗੀ ਦਿੱਤੀ ਆ। ਚਲੋ ਕੋਈ ਗੱਲ ਨਹੀਂ, ਜਿਹੜੀ ਵਧੀਆ ਚੀਜ਼ ਹੈ ਜੋ ਮਹਿੰਗੀ ਹੀ ਹੋਊਗੀ। ਬਾਕੀ ਦਾਨਗੜ੍ਹ ਵਾਲੇ ਦੀਦੀ ਨੂੰ ਮੈਂ ਸੋਚ ਰਹੀ ਸੀ ਹੈ ਨਾ, ਉਹਨਾਂ ਨੇ ਵੀ ਬੁਣਨੀ ਆ, ਮੈਂ ਬੰਦੇ ਨੂੰ ਪਸ਼ਮ ਲੈ ਕੇ ਦੇ ਦੇਣਾ ਵੀ ਉਹ ਬੁਣ ਕੇ ਦੇ ਦੇਣਗੇ। ਜਿਹੜੇ ਚਰਨਜੀਤ ਦੇ ਮੰਮੀ ਨੇ ਉਹ ਵੀ, ਚਰਨਜੀਤ ਵੀ ਕਹਿੰਦੇ ਉਹ ਵੀ ਬੁਣਦੇ ਨੇ ਵੀ ਦੀਦੀ ਤੁਸੀਂ ਪਸ਼ਮ ਲਿਆ ਦਿਓ ਮੈਨੂੰ, ਹੁਣ ਮੇਰੇ ਮੰਮੀ ਬੁਣ ਦੇਣਗੇ, ਦਿਨ ਸੋਹਣੇ ਨੇ ਦਿਨ ਵੱਡੇ ਨੇ। ਪਤਾ ਅਸੀਂ ਆਹੀ ਲਟਰਮ ਪਟਰਮ ਕਰਕੇ ਮੁੜੇ ਆਉਂਦੇ ਹਾਂ, ਜਿਹੜਾ ਸਾਡਾ ਕੰਮ ਹੀ ਕਾਫੀ ਜ਼ਿਆਦਾ ਹੋ ਜਾਂਦਾ, ਬਸ ਟਾਈਮ ਹੀ ਨਹੀਂ ਲੱਗਦਾ ਵੀ ਪਸ਼ਮ ਲੈ ਕੇ ਆਈਏ, ਹੈ ਨਾ, ਕੋਟੀ ਜੈਕਟ ਬਣਾ ਲਈਏ। ਅਤੇ ਜੈਕਟਾਂ ਮੈਨੂੰ ਬੁਣੀਆਂ ਹੋਈਆਂ ਜੀ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ, ਕੋਟੀਆਂ ਬੇਸ਼ੱਕ ਮੈਂ ਰੈਡੀਮੇਡ ਪਾ ਲਾਂ ਪਰ ਜੈਕਟ ਮੈਨੂੰ ਬੁਣੀ ਹੋਈ ਜ਼ਿਆਦਾ ਸੋਹਣੀ ਲੱਗਦੀ ਹੈ ਕੋਟੀ ਦੇ ਨਾਲੋਂ, ਵੀ ਜਿਹੜੀ ਜੈਕਟ ਬੁਣੀ ਹੋਈ ਹੋਵੇ। ਹੁਣ ਮੇਰੀ ਸਲਾਹ ਸੀ ਹੈ ਨਾ, ਪਿਛਲੇ ਵਾਰ ਵੀ ਕਾਫੀ ਜ਼ਿਆਦਾ ਜਿਹੜੇ NRI ਭੈਣਾਂ ਸੀ ਉਹ ਮੰਗਦੀਆਂ ਸੀ ਵੀ ਗੁਰਮੀਤ ਸਾਨੂੰ ਬੁਣੀ ਹੋਈ ਜੈਕਟ ਮੇਰੀ ਮੰਮੀ ਨੂੰ ਜਾਂ ਹੈ ਨਾ ਸਾਨੂੰ ਬਣਵਾ ਕੇ ਦੇ ਦਿਓ। ਪਤਾ ਜੀ ਉਂਝ ਤਾਂ ਹਰੇਕ ਕਹਿੰਦਾ ਮੈਂ ਜੈਕਟ ਬੁਣਦਾ, ਜੈਕਟ ਜਿਹੜੀ ਪਰਫੈਕਟ ਬਣਾਈ ਹੁੰਦੀ ਹੈ ਮੈਨੂੰ ਉਹ ਇੱਕ ਦੋ ਦੀ ਪਸੰਦ ਆਉਂਦੀ ਹੈ, ਹਰੇਕ ਦੀ ਨਹੀਂ ਆਉਂਦੀ ਹੈਗੀ, ਹੈ ਨਾ, ਕਿਸੇ ਦਾ ਗਲਾ ਵਿੰਗਾ ਜਾਂਦਾ। ਮੈਂ ਵੀ ਕਈ ਵਾਰ ਕਿਸੇ ਤੋਂ ਹੋਰ ਬਣਵਾਈ ਹੈ, ਮੈਨੂੰ ਪਸੰਦ ਨਹੀਂ ਆਉਂਦੀ ਫਿਰ, ਹੈ ਨਾ, ਆਹ ਮੋਢੇ ਨਹੀਂ ਸਹੀ ਆਉਂਦੇ, ਉੱਤੇ ਚੜ੍ਹੇ ਪਏ ਨੇ। ਅਤੇ ਹੁਣ ਉਹਨਾਂ ਭੈਣਾਂ ਨੂੰ ਜਿਨ੍ਹਾਂ ਨੇ ਮੇਰੀ ਪਹਿਲਾਂ ਜੈਕਟ ਬੁਣੀਆਂ ਬੁਣਦੇ ਰਹਿੰਦੇ ਸੀ, ਜਿਨ੍ਹਾਂ ਤੋਂ ਮੈਂ ਬਣਵਾਉਂਦੀ ਸੀ ਉਹ ਵੀ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਤੁਸੀਂ ਫੜਾ ਦਿਓ ਪਸ਼ਮ, ਵੀ ਹੁਣ ਅਸੀਂ ਗਰਮੀ 'ਚ ਬੁਣ ਲਾਂਗੇ। ਚਰਨਜੀਤ ਦੀ ਮੰਮੀ ਦਾ ਵੀ ਹੱਥ ਬਹੁਤ ਸਾਫ਼ ਹੈ, ਵੀ ਕਹਿੰਦੇ ਸੀ ਗੁਰਮੀਤ ਜੇ ਤੁਸੀਂ ਬਣਵਾਉਣੀਆਂ ਨੇ ਵੀ ਤੁਸੀਂ ਬਣਵਾ ਲਿਓ, ਬਸ ਟਾਈਮ ਹੀ ਨਹੀਂ ਲੱਗਦਾ ਹੈਗਾ, ਬਹੁਤ ਖਿੱਚਦਾ ਟਾਈਮ ਹੁੰਦਾ। ਲਓ ਜੀ ਆਪਾਂ ਤੁਹਾਨੂੰ ਬਾਹਰ ਦਿਖਾ ਦਈਏ, ਹਨੇਰਾ ਹੋ ਗਿਆ, ਠੀਕ ਹੈ। ਅਤੇ ਮੈਨੂੰ ਵੀ ਦੇਖਦੇ ਹਾਂ, ਰੋਟੀ ਰੋਟੀ ਬਣਾ ਲਈ, ਹੋਰ ਰੋਟੀ ਖਾ ਕੇ ਕਰਦਾ ਗੇੜਾ ਗੂੜਾ ਦੇ ਲੈਣੇ ਨਾ, ਅੱਜ ਸਵੇਰ ਦੇ ਬੈਠੇ ਹਾਂ, ਅਜੇ ਹੋਰ ਵੀ ਮੈਸੇਜ ਪਏ ਨੇ ਰਿਪਲਾਈ ਕਰਨ ਵਾਲੇ, ਕਿਉਂਕਿ ਕੱਲ੍ਹ ਪ੍ਰਿੰਟਡ ਸੂਟਾਂ ਦੀ ਵੀਡੀਓ ਪਾਈ ਸੀ, ਮੈਨੂੰ ਲੱਗਦਾ ਰਾਤ ਦੇ 7 ਵਜੇ ਤੱਕ 8 ਵਜੇ ਤੱਕ ਦੀ ਮੈਸੇਜ ਰਿਪਲਾਈ ਹੋ ਗਏ ਨੇ, 8 ਵਜੇ ਤੋਂ ਲੈ ਕੇ ਕੱਲ੍ਹ ਰਾਤ ਦੇ 8 ਵਜੇ ਤੋਂ ਲੈ ਕੇ ਉਹ ਪਏ ਨੇ, ਅੱਜ ਦੇ ਨਾਲ ਹੀ ਹੋ ਗਏ ਹੋਣਗੇ, ਕਾਫੀ ਮੈਸੇਜ ਹੋ ਜਾਂਦੇ ਨੇ। ਕਾਫੀ ਭੈਣ ਭਾਈ ਕਹਿੰਦੇ ਨੇ ਵੀ ਤੁਸੀਂ ਜਲਦੀ ਰਿਪਲਾਈ ਨਹੀਂ ਕਰਦੇ ਜੀ, ਕਿਉਂਕਿ ਬਸ ਟਾਈਮ ਵੀ ਚਾਹੀਦਾ ਹੁੰਦਾ ਰਿਪਲਾਈ ਨੂੰ, ਹੈ ਨਾ, ਇਸ ਮੈਸੇਜ ਹੀ ਜ਼ਿਆਦਾ ਹੁੰਦੇ ਨੇ, ਇਸ ਕਰਕੇ ਥੋੜ੍ਹਾ ਮੋਟਾ ਲੇਟ ਹੋ ਜਾਂਦਾ। ਲਓ ਆਪਾਂ ਰੋਟੀ ਰੋਟੀ ਖਾ ਲਈਏ, ਉੱਥੇ ਬੈਠ ਬੈਠ ਕੇ ਮਸਾਲਾ ਫੂਕਦਾ। ਮੈਨੂੰ ਹੋ ਗਏ 15 ਮਿੰਟ ਇੱਥੇ ਬੈਠੀ ਨੂੰ ਠੰਡ ਹੋ ਗਈ, ਹਾਈ ਨੀ ਗੁਰਲੀ ਉਹ ਲਾ ਕੇ ਲਾਈਟ ਲਾ ਰਹਾ ਡੈਡੀ ਮੇਰੀ ਚੱਪਲ ਦੇਖ ਤੋ ਮੈਂ ਰਿਪਨ ਦੇ ਕੱਪੜੇ ਦੇਖਿਓ ਕਿੰਨੀ ਠੰਡ ਹੈ, ਕੱਪੜੇ ਦੇਖੋ ਇਹਦੇ ਉਹੀ ਠੰਡ ਵਾਲੀ ਹੈ, ਬਿਮਾਰ ਹੋ ਗਿਆ ਫਿਰ ਜਦੋਂ ਡਾਕਟਰ ਪੈਸੇ ਲੱਗੂ ਉਦੋਂ ਆਪਾਂ ਨੂੰ ਲੱਗੂਗਾ, ਆਪਾਂ ਨੂੰ ਲੱਗੂ ਉਦੋਂ ਇਹਨੂੰ ਨੀ ਲੱਗਦਾ, ਹਾਂ ਉਹੀ ਗੱਲ ਹੈ ਫਿਰ ਆ ਧਰ ਗਏ ਹੈ ਪਰਸੋਂ ਦਾ ਹੁਣ ਪਾਈ ਦੇਣਗੇ, ਬਾਹਲਾ ਲੇਟ ਕਰਿਆ ਬਾਰੇ ਦੇਖੋ ਹਨੇਰਾ ਹੋ ਗਿਆ, ਆ ਰੋਟੀ ਰੋਟੀ ਖਾ ਲਓ ਏ ਠੰਡ ਲੱਗਣ ਲੱਗ ਗਈ।
ਜਦੋਂ ਸਾਡਾ ਨਾ ਇਹ ਵਾਲਾ ਬਰਾਂਡਾ ਬਣ ਗਿਆ, ਇੱਥੇ ਰਾਹਦਾਰੀ ਸੱਤੀ ਕਿਸਮ ਦਾ ਆਰਾਮ ਆ ਜੂ, ਅਸੀਂ ਪਲੇਟਾਂ ਲੈ ਕੇ ਤੁਰੇ ਫਿਰਦੇ ਹਾਂ ਵੀ ਕਿੱਥੇ ਰੋਟੀ ਖਾਈਏ, ਹੈ ਨਾ, ਇੱਥੇ ਕਦੇ ਠੰਡ ਹੁੰਦੀ ਹੈ ਕਦੇ ਗਰਮੀ ਹੁੰਦੀ ਹੈ, ਫਿਰ ਇੱਥੇ ਪੱਖਾ ਲੱਗ ਜੂਗਾ, ਅੰਦਰੋਂ ਪਲੇਟ ਰੋਟੀ ਚੱਕੀ ਇੱਥੇ ਇੱਥੇ ਬੈਠ ਕੇ ਖਾ ਲਿਆ ਕਰਾਂਗੇ, ਅਤੇ ਉੱਪਰ ਪੱਖਾ ਲੱਗ ਜੂਗਾ, ਕੁਰਸੀਆਂ ਕਰਸੀਆਂ ਧਰ ਲਵਾਂਗੇ। ਇਹ ਸਾਨੂੰ ਐਂ ਬਰਾਂਡੇ ਵਾਂਗੂ ਬਹੁਤ ਜ਼ਿਆਦਾ ਕੰਮ ਦੇਊਗਾ। ਇੱਧਰ ਧੁੱਪੀ ਬਾਹਲੀ ਤੇਜ਼ ਹੁੰਦੀ ਹੈ ਤੁਹਾਡੇ ਕੋਲ। ਮੈਂ ਨਾ ਉਹਦੀ ਮਾਸਟਰ ਜੀ ਨੂੰ ਕਿਹਾ ਸੀ, ਮੈਂ ਹਜੇ ਆਪਾਂ ਓਟਾ ਵੀ ਇੱਧਰ ਕਰ ਲੈਂਦੇ, ਇੱਧਰਲੇ ਪਾਸੇ ਰਸੋਈ ਦੇ ਵੀ ਗੇਟ ਇੱਧਰ ਕਰ ਲੈਂਦੇ ਹਾਂ, ਉਦੋਂ ਇਹ ਕਹਿੰਦੇ ਫਿਰ ਵੀ ਵਿਹੜੇ 'ਤੇ ਵਿਚਾਲੀ ਹੋ ਜੂ, ਜੂ ਤਾਂ ਪ੍ਰਭ ਕਿਆਂ ਓਟੋ ਵੀ ਉੱਧਰ ਹੀ ਹੈ, ਬਸ ਪਤਾ ਨਹੀਂ ਕਿ ਉਹਨਾਂ ਨੂੰ ਵਹਿਮ ਹੋ ਗਿਆ ਵੀ ਇੱਧਰ ਨੂੰ ਨਾ ਬਾਹਲਾ ਹੋ ਜੇ, ਇੱਧਰ ਨੂੰ ਨਾ ਹੋ ਜੇ, ਹੁਣ ਤਾਂ ਉਹਨਾਂ ਵਾਲਾ ਵੀ ਵਿਚਾਲੀ ਹੈਗਾ ਹੀ ਸੀ ਜੇ ਅੱਧਾ ਸਾਰਾ ਤਾਂ ਦੇਖੋ। ਹੋਰ ਬੇੜਾ ਹੋ ਜੂ ਸਾਰੇ ਕੋਈ, ਲੈ ਰੋਟੀ ਖਾ ਲਈਏ। ਹਾਂਜੀ ਪੁੱਤਰੀ ਖਾਣੀ, ਮਨਵੀਰ ਨੇ ਬਣਾ ਰਹੀ ਹੈ ਮਨਵੀਰ ਕੌਰ ਰੋਟੀ, ਧੀਆਂ ਦੇ ਸਿਰ 'ਤੇ ਐਂ ਮਹਾਰਾਣੀ ਹੁੰਦੀ ਹੈ। ਗਰਮ ਹੋਈ ਹੈ ਸਬਜ਼ੀ, ਨਾ ਕਰਨੀ ਆ ਇਹਦੇ ਤਰੀ ਜੀ ਦਾ ਖਤਮ ਹੋ ਗਈ, ਸਾਰੇ ਇਕੱਲੇ ਉਹ ਹੀ ਰਹਿ ਗਏ। ਕਹਿ ਕੇ ਰੋਟੀਆਂ ਘੱਟ ਨੇ ਅੱਜ, ਤੂੰ ਬੜੀਆਂ ਵੱਡੀਆਂ ਵੱਡੀਆਂ ਪਕਾ ਰਹੀ। ਮੁਰਗਾ ਫਸੂਗਾ, ਉਹ ਮੁਰਗਾ ਤਾਂ ਨਿਕਲ ਜੂਗਾ। ਡੈਡੀ ਰੋਟੀ ਖਾ ਲੋ, ਭਾਈ ਮੀਂਹ ਨੇ ਇੰਨਾ ਜ਼ਿਆਦਾ ਨੁਕਸਾਨ ਕਰਿਆ ਫਸਲਾਂ ਦਾ ਨਾ, ਬੁਰਾ ਹਾਲ ਹੈ, ਕੋਈ ਹਾਲ ਹੀਲਾ ਨਹੀਂ ਸੱਚੀ, ਸਾਡੇ ਵੱਲ ਤਾਂ ਸੁੱਖ ਸੰਦ ਹੈਗੀ ਆ, ਵਿਚਾਰੇ ਅੱਧੇ ਕਿਸਾਨਾਂ ਦੀ ਤਾਂ ਫਸਲਾਂ ਬਹੁਤ ਜ਼ਿਆਦਾ ਖਰਾਬ ਹੋ ਗਈਆਂ, ਕਦੇ ਸਰਕਾਰ ਦੀ ਮਾਰ ਕਦੇ ਰੱਬ ਦੀ ਮਾਰ, ਸੱਚੀ ਕਿਸਾਨ ਆਈ ਨਹੀਂ ਉੱਠ ਰਹੇ, ਬਹੁਤ ਔਖਾ। ਸਬਜ਼ੀ ਕਰਨੀ ਕਰ ਲਿਆ ਅਖੰਡ ਪਾਠ ਸਾਹਿਬ ਹੈ ਸਾਡੇ, ਇੱਕ ਤਾਇਆ ਜੀ ਪਿੰਡ ਰਹਿੰਦੇ ਨੇ, ਤੁਹਾਨੂੰ ਦੱਸਿਆ ਜਿਹਦਾ ਕਈ ਵਾਰੀ, ਮਤਲਬ ਕਿ ਉਹਨਾਂ ਦੇ ਵੀ ਅੱਗੇ ਦੋ ਬੇਟੇ ਨੇ, ਉਹਨਾਂ ਨੇ ਵੀ ਨਵੀਆਂ ਕੋਠੀਆਂ ਪਾਈਆਂ ਨੇ, ਵੱਡੇ ਬੇਟੇ ਕੇ ਅਖੰਡ ਪਾਠ ਸਾਹਿਬ ਹੈ, ਤਿੰਨ ਦਿਨ ਸਿੱਧਰ ਰੱਖਦੇ ਤਿਆਰੀਆਂ ਕਰਦੇ ਹੁਣ, ਸਕੂਟਰੀ ਦੇ ਬਾਹਲਾ ਜ਼ਿਆਦਾ ਠੰਡ ਲੱਗੀ। ਗੁਰਲੀਨ ਪੁੱਤਰੀ ਨੇ ਤਾਂ ਲਾਈਟਾਂ ਲਾਇਆ ਬਾਹਰਲੀਆਂ ਸਾਰੀਆਂ, ਵੱਡੀ ਲਾਈਟ ਮੱਝਾਂ ਵਾਲੀਆਂ ਲਾਈਟਾਂ ਲਾ ਕੇ ਸਾਰੀਆਂ, ਠੀਕ ਹੈ ਡੈਡੀ ਜੀ ਨੂੰ ਆਵਾਜ਼ ਲਿਓ।
ਡੈਡੀ ਜੀ ਡੈਡੀ ਨੇ ਕੁਛ ਖਾਧਾ ਹੈ ਨਹੀਂ, ਹਾਜ਼ਮ ਪਹਿਲੀ ਕਰਨ ਲੱਗ ਗਏ, ਕਿਹੜੇ ਦਿਨ ਲੱਗ ਗਏ ਗੱਲਾਂ ਨੇ ਦੱਸ ਕੇ। ਮੈਂ ਵੀ ਜਾਂਦੀ ਹਾਂ ਖਾ ਕੇ ਇੱਕ ਰੋਟੀ, ਹੌਲੀ ਖਾਇਓ ਗਲਤੀ ਨਾ ਡਾਲਿਓ ਮੈਨੇ।